बहुत ही प्यारे लोक कवि संतराम उदासी सरकारी सीनियर सैकेंडरी स्कूल रैसर पंजाब जिला बरनाला के विद्यार्थी आप सारे का यूट्यूब चैनल सरकारी सीनियर सैकेंडरी स्कूल रैसर पंजाब वालों जी आया आख्या जाता। इस यूट्यूब चैनल में इस स्कूल के कंप्यूटर फैकल्टी अध्यापक सरदार दरबर सिंह जी वालों तैयार किया गया। सो आप सारे दे नाल मैं संस्था का बतौर प्रिंसीपल होने करके आप जी नाल चुंबक के बारे विचार साझे करांगा कि इस चुंबक नूं एक्टिविटी दे राहीं इस चुंबक नूं क्रिया दे राहीं आप सारिआं नूं बहुत ही सरल तरीके दे नाल समझाउण दा जिहड़ा जतन आ ਉਹ ਕੀਤਾ ਜਾਵੇਗਾ। ਸੋ ਪਿਆਰੇ ਵਿਦਿਆਰਥੀਓ, ਜਦੋਂ ਤੁਸੀਂ ਕੋਈ ਵਰਤਾਰੇ ਬਾਰੇ ਸੁਣਦੇ ਹੋ ਤਾਂ ਤੁਹਾਡੇ ਕੁਝ ਸਮਾਂ ਯਾਦ ਰਹਿੰਦਾ ਅਤੇ ਫਿਰ ਭੁੱਲ ਜਾਂਦੇ ਹੋ। ਜੇਕਰ ਕਿਸੇ ਵਰਤਾਰੇ ਨੂੰ ਤੁਸੀਂ ਆਪਣੇ ਅੱਖੀਂ ਵੇਖਦੇ ਹੋ ਤਾਂ ਉਹ ਤੁਹਾਡੇ ਕਾਫੀ ਸਮਾਂ ਯਾਦ ਰਹਿੰਦਾ, ਪਰ ਜੇਕਰ ਤੁਸੀਂ ਕਿਸੇ ਪ੍ਰਯੋਗ ਨੂੰ ਆਪਣੇ ਹੱਥੀਂ ਕਰਕੇ ਵੇਖਦੇ ਹੋ ਤਾਂ ਉਹ ਤੁਹਾਡੇ ਲੰਬੇ ਸਮੇਂ ਤੱਕ ਯਾਦ ਰਹਿੰਦਾ। ਸੋ ਵਿਗਿਆਨ ਆ ਜਿਹੜਾ ਸ਼ਬਦ ਉਹ ਅੰਗਰੇਜ਼ੀ ਦੇ ਵਿੱਚ ਸਾਇੰਸ ਤੋਂ ਬਣਿਆ ਹੋਇਆ ਹੈ। ਵਿਗਿਆਨ ਦੇ ਵਿੱਚ ਜੇਕਰ ਅਸੀਂ ਵਾਹਵੇ ਦੀ ਸਿਹਾਰੀ ਇੱਦਾਂ ਕਰ ਲਈਏ ਤਾਂ ਇਹਨੂੰ ਅਲੱਗ ਅਲੱਗ ਜਦੋਂ ਕਰ ਦਾਂਗੇ ਤਾਂ ਇਹ ਵਿਧੀ ਰਾਹੀਂ ਗਿਆਨ ਦੀ ਪ੍ਰਾਪਤੀ ਹੋ ਗਿਆ। ਸੋ ਵਿਧੀ ਰਾਹੀਂ ਗਿਆਨ ਦੀ ਪ੍ਰਾਪਤੀ ਨੂੰ ਹੀ ਵਿਗਿਆਨ ਕਿਹਾ ਜਾਂਦਾ। ਸੋ ਆਪਾਂ ਜਿਹੜਾ ਥੋੜ੍ਹਾ ਜਿਹਾ ਸਮਾਨ ਆ ਉਹ ਇਕੱਤਰ ਕਰਕੇ ਚੁੰਬਕ ਦੀ ਬਾਬਤ ਪ੍ਰਯੋਗਾਂ ਦੇ ਰਾਹੀਂ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ। ਇਸ ਤਰ੍ਹਾਂ ਤੁਸੀਂ ਰੋਜ਼ਾਨਾ ਜੀਵਨ ਦੇ ਵਿੱਚ ਚੁੰਬਕ ਆ ਜਿਹੜਾ ਉਹ ਵੇਖਦੇ ਹੋ, ਜਿਸ ਤਰ੍ਹਾਂ ਸਪੀਕਰ ਹੁੰਦੇ ਨੇਗੇ ਉਹ ਸਪੀਕਰਾਂ ਦੇ ਮਗਰਲੇ ਪਾਸੇ ਚੁੰਬਕ ਲੱਗਿਆ ਹੁੰਦਾ ਅਤੇ ਗਰੀਬ ਲੋਕ ਜੋ ਕਾਰਖਾਨਿਆਂ ਦੇ ਅੱਗੇ ਲੋਹ ਚੋਣ ਹੁੰਦਾ ਉਹ ਸਪੀਕਰ ਜਿਹੜਾ ਰੱਸੀ ਬੰਨ ਕੇ ਉਹ ਸਪੀਕਰ ਨੂੰ ਜਦੋਂ ਮਿੱਟੀ ਦੇ ਵਿੱਚ ਵਰਕਸ਼ਾਪਾਂ ਦੇ ਕੋਲ ਲੈ ਕੇ ਜਾਂਦੇ ਨੇ ਵਿੱਚ ਮਿੱਟੀ ਦੇ ਉਹਨੂੰ ਬਖੇਰਦੇ ਨੇ ਤਾਂ ਜਿਹੜਾ ਲੋਹ ਚੂਨ ਆ ਲੋਹੇ ਦੇ ਛੋਟੇ ਛੋਟੇ ਟੁਕੜੇ ਟੁਕੜੇ ਲੱਗ ਜਾਂਦੇ ਨੇ ਅਤੇ ਉਹ ਲੋਹ ਚੂਨ ਨੂੰ ਇਕੱਤਰ ਕਰਕੇ ਆਪਣੀ ਥੈਲੀ ਦੇ ਵਿੱਚ ਪਾ ਲੈਂਦੇ ਨੇ। ਉਸ ਤੋਂ ਬਾਅਦ ਉਹ ਤੋਂ ਕੁਝ ਜਿਹੜੇ ਦਵਾਈਆਂ ਕਰ ਲੈਂਦੇ ਨੇ। ਸੋ ਇਸੇ ਤਰ੍ਹਾਂ ਜੋ ਤੁਸੀਂ ਵਿਗਿਆਨ ਪ੍ਰਯੋਗਸ਼ਾਲਾ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਚੁੰਬਕ ਨੇ ਤੁਸੀਂ ਵੇਖਦੇ ਹੋਵੋਗੇ। ਸੋ ਚੁੰਬਕ ਦੇ ਦੋ ਧਰੁਵ ਹੁੰਦੇ ਹਨ, ਇੱਕ ਦੇ ਅੰਗਰੇਜ਼ੀ ਦੇ ਵਿੱਚ ਐੱਨ ਲਿਖਿਆ ਹੋਇਆ ਅਤੇ ਇੱਕ ਦੇ ਐੱਸ ਲਿਖਿਆ ਹੋਇਆ। ਐੱਨ ਦਾ ਮਤਲਬ ਨੌਰਥ, ਐੱਸ ਦਾ ਮਤਲਬ ਸਾਊਥ ਹੁੰਦਾ। ਸੋ ਇੱਕ ਚੁੰਬਕ ਦੇ ਦੋ ਧਰੁਵ ਹੁੰਦੇ ਨੇ, ਇੱਕ ਉੱਤਰੀ ਧਰੁਵ ਹੁੰਦਾ ਅਤੇ ਇੱਕ ਦੱਖਣੀ ਧਰੁਵ ਹੁੰਦਾ। ਸੋ ਜੇਕਰ ਅਸੀਂ ਇਹਨਾਂ ਦੇ ਗੁਣਾਂ ਦੀ ਗੱਲ ਕਰੀਏ ਤਾਂ ਜਿਹੜੇ ਚੁੰਬਕ ਦੇ ਧਰੁਵ ਨੇ ਉਹਨਾਂ ਦੀ ਸ਼ਕਤੀ ਆ ਜਿਹੜੀ ਜ਼ਿਆਦਾ ਹੁੰਦੀ ਆ। ਜਿਸ ਤਰ੍ਹਾਂ ਮੇਰੇ ਕੋਲ ਕੁਝ ਪੇਪਰ ਪੈਂਜ ਨੇ, ਜਦੋਂ ਮੈਂ ਇਹਨਾਂ ਨੂੰ ਪੇਪਰ ਵਿਹਲੇ ਨੂੰ ਉੱਪਰੋਂ ਸੁੱਟਦਾ ਤਾਂ ਇਹ ਜਿਹੜੇ ਪੂੰਜੇ ਨੇ ਜਿਹੜੇ ਪੋਲ ਨੇ ਜਿਹੜੇ ਧਰੁਵ ਨੇ ਉਹਨਾਂ ਦੇ ਨਾਲ ਲੱਗ ਜਾਂਦੇ ਨੇ। ਜਿਸ ਤੋਂ ਅਸੀਂ ਇਸ ਪ੍ਰੀਖਣ 'ਤੇ ਪਹੁੰਚਦੇ ਹਾਂ ਕਿ ਜਿਹੜੇ ਚੁੰਬਕ ਦੇ ਧਰੁਵ ਨੇ ਉਹਨਾਂ ਦੀ ਜਿਹੜੀ ਸ਼ਕਤੀ ਹੈਗੀ ਉਹ ਵੱਧ ਹੁੰਦੀ ਹੈਗੀ। ਸੋ ਪਿਆਰੇ ਬੱਚਿਓ, ਇਸੇ ਤਰ੍ਹਾਂ ਤੁਸੀਂ ਚੁੰਬਕ ਦੇ ਗੁਣਾਂ ਨੂੰ ਅੱਗੇ ਵਧਾਉਂਦੇ ਹੋਏ ਦੇਖਦੇ ਹੋ ਕਿ ਜਿਸ ਤਰ੍ਹਾਂ ਮੇਰੇ ਪਾਸ ਦੋ ਚੁੰਬਕ ਹਨ, ਇਹ ਦੋ ਚੁੰਬਕ ਨੇ ਜਿਹੜੇ ਇਹਨਾਂ ਦੇ ਜੋ ਐੱਨ ਅਤੇ ਐੱਨ ਨੇ ਉਹ ਸਮਾਨ ਧਰੁਵ ਹੋ ਗਏ ਜਾਂ ਐੱਸ ਅਤੇ ਐੱਸ ਨੇ ਜਿਹੜੇ ਸਮਾਨ ਧਰੁਵ ਹੋ ਗਏ, ਜਿਹੜਾ ਐੱਨ ਅਤੇ ਐੱਸ ਆ ਜਾਂ ਐੱਸ ਅਤੇ ਐੱਨ ਆ ਉਹ ਅਸਮਾਨ ਧਰੁਵ ਹੋ ਗਏ। ਸੋ ਜਦੋਂ ਸਮਾਨ ਧਰੁਵ ਨੂੰ ਇੱਕ ਦੂਜੇ ਕੋਲ ਲੈ ਕੇ ਜਾਵਾਂਗੇ, ਜਿਸ ਤਰ੍ਹਾਂ ਮੈਂ ਐੱਨ ਕੋਲ ਐੱਨ ਨੂੰ ਲੈ ਕੇ ਜਾਂਦਾ ਤਾਂ ਇਹ ਨਾਲ ਅਟਰੈਕਟ ਹੋ ਗਏ। ਕਿਉਂ ਅਟਰੈਕਟ ਹੋ ਗਏ? ਕਿਉਂਕਿ ਐੱਨ ਅਤੇ ਐੱਸ ਸੀਗੇ। ਅਤੇ ਜੇਕਰ ਮੈਂ ਐੱਨ ਕੋਲ ਐੱਨ ਨੂੰ ਲੈ ਕੇ ਜਾਊਂਗਾ ਤਾਂ ਇਹ ਇੱਕ ਦੂਜੇ ਨੂੰ ਕੀ ਕਰਨਗੇ? ਦੂਜੇ ਨੂੰ ਪਰਾਂ ਕਰਦੇ। ਸੋ ਇਸ ਦੇ ਲਈ ਅਸੀਂ ਕਿਸ ਨਤੀਜੇ 'ਤੇ ਪਹੁੰਚੇ ਹਾਂ ਕਿ ਸਮਾਨ ਧਰੁਵ ਇੱਕ ਦੂਜੇ ਨੂੰ ਪਰਾਂ ਤੱਕਦੇ ਨੇ, ਅਸਮਾਨ ਧਰੁਵ ਨੇ ਜਿਹੜੇ ਉਹ ਇੱਕ ਦੂਜੇ ਨੂੰ ਖਿੱਚਦੇ ਨੇਗੇ। ਜਿਸ ਤਰ੍ਹਾਂ ਫਿਰ ਸਮਾਨ ਧਰੁਵ ਦਾ ਮਤਲਬ ਮੈਂ ਐੱਨ ਕੋਲ ਐੱਨ ਨੂੰ ਲੈ ਕੇ ਜਾਂਦਾ ਇੱਕ ਦੂਜੇ ਨੂੰ ਪਰਾਂ ਤੱਕਦੇ ਨੇ, ਜੇਕਰ ਮੈਂ ਐੱਨ ਕੋਲ ਐੱਸ ਨੂੰ ਲੈ ਕੇ ਜਾਂਦਾ
ਤਾਂ ਇਹ ਇੱਕ ਦੂਜੇ ਨੂੰ ਕੋਲ ਕਹਿੰਦੇ ਨੇ ਇੰਨ ਕੋਲ ਅਸੀਂ ਲੈ ਕੇ ਜਾਣਾ ਇੱਕ ਦੂਜੇ ਨੂੰ ਕੋਲ ਕਹਿੰਦੇ। ਸੋ ਇਸੇ ਤਰ੍ਹਾਂ ਇਹ ਜਿਹੜੀ ਚੁੰਬਕ ਆ ਇਹ ਚੁੰਬਕੀ ਬਲ ਰਖਾਵਾਂ ਵੀ ਤੁਸੀਂ ਵਿਗਿਆਨ ਦੇ ਵਿੱਚ ਪੜ੍ਹਦੇ ਹੋ ਕਿ ਇਹ ਚੁੰਬਕੀ ਸੂਈ ਹੈ। ਚੁੰਬਕੀ ਸੂਈ ਦਾ ਬ੍ਰਹਿਮੰਡ ਦੇ ਵਿੱਚ ਬਹੁਤ ਵੱਡਾ ਮਹੱਤਵ ਆ। ਜਿਸ ਤਰ੍ਹਾਂ ਤੁਸੀਂ ਇੱਥੇ ਸੜਕਾਂ ਦੇ ਉੱਪਰ ਸਾਨੂੰ ਪਤਾ ਲੱਗਦਾ ਕਿ ਇਹ ਜਿਹੜੀ ਸੜਕ ਆ ਰਹਿ ਸਾਹਿਬ ਤੋਂ ਚੰਦਰਵਾਲ ਨੂੰ ਜਾ ਰਹੀ ਹੈ, ਰਹਿ ਸਾਹਿਬ ਤੋਂ ਬਰਨਾਲੇ ਨੂੰ ਜਾ ਰਹੀ ਹੈ, ਪਰ ਉੱਪਰ ਜਿਸ ਤਰ੍ਹਾਂ ਜਿੰਨੇ ਵੀ ਐਰੋਜੈਟ ਨੇ, ਪਲੈਨਸ ਨੇ, ਜਹਾਜ਼ ਨੇ, ਉਹ ਸਾਰੇ ਹੀ ਸੂਈ ਦੀ ਮਦਦ ਦੇ ਨਾਲ ਆਪਣੀਆਂ ਆਪਣੀਆਂ ਦਿਸ਼ਾਵਾਂ ਦੇ ਵਿੱਚ ਜਾਂਦੇ ਨੇ। ਜਿਹੜੇ ਵੀ ਕੰਟਰੀ ਨੂੰ ਜਾਣਾ ਗਾ, ਤਾਂ ਇਸ ਤਰ੍ਹਾਂ ਚੁੰਬਕੀ ਸੂਈ ਦਾ ਵਿਗਿਆਨ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ। ਸੋ ਇਸ ਤਰ੍ਹਾਂ ਇਹ ਜਿਹੜਾ ਚੁੰਬਕ ਆ, ਚੁੰਬਕ ਦੇ ਕੋਲ ਚੁੰਬਕੀ ਸੂਈ ਨੂੰ ਲੈ ਕੇ ਜਾਵਾਂਗੇ, ਤਾਂ ਜੇਕਰ ਮੈਂ ਨੌਰਥ ਕੋਲ ਲੈ ਕੇ ਜਾਂਦਾ ਤਾਂ ਜਿਸ ਤਰ੍ਹਾਂ ਮੈਂ ਇਹਦੇ ਪੁਆਇੰਟ ਲਗਾਉਂਦਾ ਜਾਊਂਗਾ, ਤਾਂ ਇਸੇ ਤਰ੍ਹਾਂ ਇਹ ਜਿਹੜੀ ਸੂਈ ਆ ਇਸੇ ਤਰ੍ਹਾਂ ਹੀ ਇਹ ਚੱਲਦੀ ਜਾਊਗੀ, ਜਿਸ ਤੋਂ ਅਸੀਂ ਇਸ ਪਰੀਖਣ 'ਤੇ ਪਹੁੰਚਾਂਗੇ ਕਿ ਚੁੰਬਕੀ ਬਲ ਰਖਾਵਾਂ ਨੇ ਜਿਹੜੀਆਂ ਉਹ ਨੌਰਥ ਤੋਂ ਸ਼ੁਰੂ ਹੁੰਦੀਆਂ ਨੇ ਅਤੇ ਸਾਊਥ ਦੇ ਖਤਮ ਹੁੰਦੀਆਂ ਨੇ, ਇਸੇ ਤਰ੍ਹਾਂ ਨੌਰਥ ਤੋਂ ਸ਼ੁਰੂ ਹੁੰਦੀਆਂ ਨੇ ਇਸ 'ਤੇ ਖਤਮ ਹੁੰਦੀਆਂ ਨੇ। ਜਿਸ ਤਰ੍ਹਾਂ ਵੀ ਡੌਟ ਲਗਾਵਾਂਗੇ ਉਹ ਅੱਗੇ ਵੱਧਦਾ ਜਾਊਗਾ। ਸੋ ਇਸ ਤੋਂ ਵੱਡੀਆਂ ਵੀ ਜਿਹੜੀਆਂ ਬਲ ਰਖਾਵਾਂ ਨੇ, ਇਸ ਤੋਂ ਵੱਡੀ ਗਿਣਤੀ ਦੇ ਵਿੱਚ ਬਲ ਰਖਾਵਾਂ ਨੇ ਜਿਹੜੀਆਂ ਅਸੀਂ ਬਣਾ ਸਕਦੇ ਹਾਂਗੇ, ਜਿਹੜੀਆਂ ਕਿ ਚੁੰਬਕੀ ਖੇਤਰ ਨੂੰ ਜਨਮ ਦੇਣਗੀਆਂ, ਚੁੰਬਕੀ ਖੇਤਰ ਦਾ ਪ੍ਰਸਾਰ ਕਰਨਗੀਆਂ। ਸੋ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਇਸ ਮਹੱਤਵਪੂਰਨ ਵਿਸ਼ੇ ਚੁੰਬਕ ਨਾਲ ਜੋੜਦੇ ਹੋਏ ਕਿ ਇੱਕ ਇਹ ਚੁੰਬਕ ਜਿਹਦੇ ਦੋ ਧਰੁਵ ਹੁੰਦੇ ਨੇ, ਉੱਤਰੀ ਧਰੁਵ ਅਤੇ ਦੱਖਣੀ ਧਰੁਵ, ਅਤੇ ਇਸ ਚੁੰਬਕ ਦੇ ਜਿਹੜੇ ਸਿਰੇ ਨੇ ਉਹਨਾਂ 'ਤੇ ਸ਼ਕਤੀ ਵੱਧ ਹੁੰਦੀ ਆ, ਜਿਸ ਤਰ੍ਹਾਂ ਤੁਹਾਨੂੰ ਉੱਤੋਂ ਜਿਹੜੇ ਪੇਪਰ ਪੈਨਸਿਲ ਸਿੱਟ ਕੇ ਦਿਖਾਇਆ ਗਿਆ। ਇਸੇ ਤਰ੍ਹਾਂ ਹੀ ਜਿਹੜੇ ਇਹਦੇ ਸਮਾਨ ਧਰੁਵ ਹੁੰਦੇ ਨੇ, ਐਨ ਕੋਲ ਐਨ ਐਲ ਜਾਂਦੇ ਆ ਸਮਾਨ ਧਰੁਵ ਇੱਕ ਦੂਜੇ ਨੂੰ ਉਪਰਾ ਤੱਕਦੇ ਨੇ। ਦੇਖੋ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਇਹਨੂੰ ਉਪਰਾ ਤੱਕਿਆ ਜਾ ਰਿਹਾ, ਸਮਾਨ ਧਰੁਵ ਇੱਕ ਦੂਜੇ ਨੂੰ ਉਪਰਾ ਤੱਕਦੇ ਨੇ, ਅਤੇ ਜਿਹੜੇ ਅਸਮਾਨ ਨੇ ਐਨ ਅਤੇ ਅਸੋ ਇੱਕ ਦੂਜੇ ਨੂੰ ਕੀ ਕਰਦੇ ਨੇ, ਆਪਣੇ ਵੀ ਨਹੀਂ ਖਿੱਚਦੇ ਨੇ, ਸਮਾਨ ਧਰੁਵ ਨੇ ਜਿਹੜੇ ਉਹ ਆਪਣੇ ਵੀ ਨਹੀਂ ਖਿੱਚਦੇ ਨੇ। ਸੋ ਇਸੇ ਤਰ੍ਹਾਂ ਹੀ ਤੁਸੀਂ ਚੁੰਬਕੀ ਸੂਈ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਹੈ। ਮੈਨੂੰ ਪੂਰਨ ਆਸਾ ਕਿ ਤੁਸੀਂ ਇਸ ਸਾਰੇ ਚੁੰਬਕ ਦੇ ਵਰਤਾਰੇ ਨੂੰ, ਚੁੰਬਕ ਦੇ ਗੁਣਾਂ ਨੂੰ ਆਪ ਵੀ ਰੋਜ਼ਾਨਾ ਜੀਵਨ ਦੇ ਵਿੱਚ ਇਹਨਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਇਹਨਾਂ ਨੂੰ ਹੋਰ ਇਹਨਾਂ ਦੀ ਪੜਚੋਲ ਕਰੋਗੇ, ਅਤੇ ਇਸ ਦੇ ਬਾਰੇ ਆਪ ਤੋਂ ਛੋਟੇ ਵਿਦਿਆਰਥੀਆਂ ਨੂੰ ਵੀ ਨਾਲ ਦੇ ਵਿਦਿਆਰਥੀਆਂ ਨੂੰ ਸਮਝਾ ਕੇ ਇਸ ਮਹੱਤਵਪੂਰਨ ਵਿਗਿਆਨ ਵਿਸ਼ੇ ਦੇ ਨਾਲ ਜੁੜੋਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ